ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। क्वेश्चन कह रहे हैं फाइंड द सम ऑफ फर्स्ट 22 टर्म्स ऑफ एन एपी इन विच डी इज इक्वल टू 7 एंड 22nd टर्म इज 149। इथे अपन नु दिता है एक एपी टर्म है जिदे पहले 22 टर्म का सम कढ़ना है, वो डी 7 दिती हुई है और 22वीं टर्म है दी 149 है। ते अपन दिता है डी बराबर है 7। ते मन लगे कि एदी पहली जड़ी टर्म है ओ ए वे लेट फर्स्ट टर्म इज इक्वल टू ए। ते एदी 22वीं टर्म मतलब ए 22 दिता है और एन का फॉर्मूला होता है एन इज इक्वल टू ए प्लस एन माइनस 1 इनटू डी। ते एथे ए जड़ा है वे सानू पता नहीं है, एन पता है बाई बाई चो एक माइनस करेंगे और डी दिता है 7। ते ए हो जाएगा एदी जगह सी लिख सकने हैं 149 बराबर हो जाएगा ए प्लस ए बाई भी चो एक जाएगा ते 21 गुना 7 होने तो अपन ए जड़ा है वे 149 21 ਨੂੰ 7 ਨਾਲ ਗੁਣਾ ਕਰਾਂਗੇ ਤੇ ਇਹ ਆਏਗਾ 147। 147 ਆ ਕੇ ਇੱਧਰ ਮਾਈਨਸ ਹੋ ਜਾਏਗਾ ਤੇ ਇਹ ਹੋ ਜਾਏਗਾ a ਤੇ a ਬਰਾਬਰ ਨਿਕਲਿਆ ਆਪਣਾ 2। ਹੁਣ ਆਪਾਂ ਨੂੰ ਕੱਢਨੇ 22ਵੇਂ ਟਰਮ n ਜਿਹੜਾ ਹੈ ਇੱਥੇ 22 ਹੈ ਉਹਦਾ ਸਮ ਕੱਢਣਾ ਹੈ। ਤੇ ਸਾਨੂੰ ਪਤਾ ਹੈ ਫਾਰਮੂਲਾ ਸਮ ਕੱਢਣ ਦਾ sn is equal to n by 2 2a plus n minus 1 into d। ਹੁਣ ਇੱਥੇ n ਦੇ ਮਾਨ ਨੇ 22 ਤੇ ਇੱਥੇ ਲਿਖ ਦਾਂਗੇ s 22। ਇੱਥੇ n ਦੀ ਜਗ੍ਹਾ 22 / 2 2 ਗੁਣਾ a ਦਾ ਮਾਨ ਹੈ 2 plus n 22 minus 1 ਗੁਣਾ 7 d ਦਾ ਮਾਨ ਹੈ 7। ਇੱਥੇ ਹੋ ਜਾਏਗਾ 22 ਨਾਲ 2 ਨੂੰ 2 ਉਹਨਾਂ ਡਿਵਾਈਡ ਕਰਾਂਗੇ 22 ਚ ਤੇ ਇੱਥੇ ਆ ਜਾਏਗਾ 11। 11 ਗੁਣਾ 2 ਗੁਣਾ 2 4 ਪਲੱਸ 21 ਜੋ 1 ਮਾਈਨਸ ਹੈਗਾ ਤੇ 21 ਗੁਣਾ 7। ਉਹਨੇ ਨੂੰ ਅੱਗੇ ਹੋਰ ਸੋਲਵ ਕਰਾਂਗੇ ਤੇ ਇਹ ਆ ਜਾਏਗਾ 11 ਗੁਣਾ 4 ਪਲੱਸ ਇਹ ਆ ਜਾਏਗਾ 147। ਹੁਣ 147 ਚ 4 ਜੋੜਾਂਗੇ ਤੇ ਇਹ ਆ ਜਾਏਗਾ 151 ਔਰ 11 ਗੁਣਾ 151 ਹੋ ਜਾਏਗਾ ਆਪਣਾ 1661। ਇਹੀ ਹੋ ਜਾਣਾ ਆਪਣੇ 22 ਟਰਮਸ ਦਾ ਸਮ। ਇਹੀ ਆਪਾਂ ਨੂੰ ਕੱਢਣਾ ਸੀ। ਧੰਨਵਾਦ।